ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ, ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ। ਅਤੇ ਝੋਨੇ ਦੀ ਗੱਲ ਕਰੀਏ ਤਾਂ ਪਹਿਲੇ ਨਾਲੋਂ ਕਾਫ਼ੀ ਜੋ ਕਮਜ਼ੋਰ ਝੋਨਾ ਮੰਡੀਆਂ ਦੇ ਵਿੱਚ ਨਜ਼ਰ ਆ ਰਿਹਾ। ਸੋ ਐੱਮ ਈ ਪੀ ਹਟਾਉਣ ਤੋਂ ਬਾਅਦ ਵੀ ਥੋੜ੍ਹੇ ਦਿਨਾਂ ਵਾਸਤੇ ਜੋ ਤੇਜ਼ੀ ਆਈ ਸੀ ਪਰ ਉਹ ਲੰਮੇ ਸਮੇਂ ਤੱਕ ਟਿਕ ਨਹੀਂ ਪਾਈ। ਝੋਨਾ ਫਿਰ ਰੁੜਕ ਕੇ ਥੱਲੇ ਉੱਥੇ ਹੀ ਆ ਗਿਆ ਜੋ ਸ਼ੁਰੂਆਤੀ ਦਿਨਾਂ ਦੇ ਵਿੱਚ ਰੇਟ ਸੀ। ਜਿਵੇਂ ਜਿਵੇਂ ਜੋ ਸੀਜ਼ਨ ਨੇੜੇ ਆ ਰਿਹਾ ਉਵੇਂ ਉਵੇਂ ਰੇਟ ਡਾਊਨ ਹੁੰਦੇ ਜਾ ਰਹੇ ਨੇ। ਸੋ ਕਿਸਾਨ ਕਾਫ਼ੀ ਨਿਰਾਸ਼ ਨਜ਼ਰ ਆ ਰਹੇ ਨੇ ਜੋ ਝੋਨੇ ਦੇ ਰੇਟ ਮੰਡੀ ਦੇ ਵਿੱਚ ਚੱਲ ਰਹੇ ਨੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 1509 ਨੂੰ ਲੈ ਕੇ ਕਾਫ਼ੀ ਚਿੰਤਾ ਬਣੀ ਹੋਈ ਹੈ। 1509 ਦੇ ਰੇਟ ਉੱਪਰ ਨਹੀਂ ਆ ਰਹੇ, ਜਦਕਿ ਜੋ ਮੇਨ ਵਰਾਇਟੀਆਂ ਨੇ 1401, 1411, 1421 ਅਤੇ 1718 ਇਹਨਾਂ ਦੇ ਰੇਟਾਂ ਦੇ ਵਿੱਚ ਥੋੜ੍ਹੇ ਜਿਹੇ ਜੋ ਜਿਵੇਂ ਮੰਡੀਆਂ ਦੇ ਵਿੱਚ ਮਾਲ ਆਏਗਾ ਤਾਂ ਚੰਗੇ ਰੇਟ ਮਿਲਣ ਦੀ ਜੋ ਉਮੀਦ ਉਹ ਲਾਈ ਜਾ ਰਹੀ ਹੈ। ਪਰ 1509 ਨੂੰ ਲੈ ਕੇ ਜੋ ਉਮੀਦ ਕਿਸਾਨਾਂ ਦੀ ਟੁੱਟਦੀ ਨਜ਼ਰ ਆ ਰਹੀ ਹੈ। ਸੋ ਹੁਣ ਆਪਾਂ ਜੋ ਮੌਕੇ 'ਤੇ ਮੰਡੀ 'ਚ ਰੇਟ ਚੱਲ ਰਹੇ ਨੇ ਉਹਦੇ ਉੱਪਰ ਚਰਚਾ ਕਰਦੇ ਹਾਂ। ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਰੈੱਡ ਬਟਨ ਪ੍ਰੈੱਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇੱਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਅਤੇ ਇਸ ਦੇ ਨਾਲ ਨਾਲ ਜੋ ਫੇਸਬੁੱਕ ਪੇਜ 'ਤੇ ਕਿਸਾਨ ਵੀਰ ਜੁੜੇ ਨੇ ਉਹ ਵੀ ਪੇਜ ਨੂੰ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਸੋ ਸਭ ਤੋਂ ਪਹਿਲੇ ਚੀਕਾ ਮੰਡੀ ਦੀ ਗੱਲ ਕਰੀਏ। 1509 ਇੱਥੇ 2700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ। ਘਰੋਂਡਾ ਮੰਡੀ 1509 2725 ਰੁਪਏ, ਖੈਰ ਮੰਡੀ 1509 ਕੰਬਾਈਨ ਵਾਲਾ 2535 ਰੁਪਏ, 1509 ਹੱਥ ਵਾਲਾ 2631 ਰੁਪਏ, ਕੈਥਲ ਮੰਡੀ 1509 ਕੰਬਾਈਨ ਵਾਲਾ 2710 ਰੁਪਏ, ਤਰਾਵੀ ਮੰਡੀ 1509 ਹੱਥ ਵਾਲਾ 2860 ਰੁਪਏ, ਨਰੇਲਾ ਮੰਡੀ 1509 ਕੰਬਾਈਨ ਵਾਲਾ 2638 ਰੁਪਏ, ਲਾੜਵਾ ਮੰਡੀ 1509 ਕੰਬਾਈਨ ਵਾਲਾ 2690 ਰੁਪਏ, ਟੋਹਾਣਾ ਮੰਡੀ 1509 ਕੰਬਾਈਨ ਵਾਲਾ 2845 ਰੁਪਏ। ਸਰਸਾ ਮੰਡੀ ਦੀ ਗੱਲ ਕਰੀਏ, ਇੱਥੇ 1509 2730 ਰੁਪਏ ਲੱਗਿਆ, 1847 ਕੰਬਾਈਨ ਵਾਲਾ 2571 ਰੁਪਏ ਪ੍ਰਤੀ ਕੁਇੰਟਲ, ਸਫੀਦੋ ਮੰਡੀ 1509 ਕੰਬਾਈਨ ਵਾਲਾ 2758 ਰੁਪਏ, ਰਤੀਆ ਮੰਡੀ 1509 ਕੰਬਾਈਨ ਵਾਲਾ 2772 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਪੇਵਾ ਮੰਡੀ ਦੀ ਗੱਲ ਕਰੀਏ, 1509 ਕੰਬਾਈਨ ਵਾਲਾ 2701 ਰੁਪਏ, ਸਮਾਣਾ ਮੰਡੀ 1509 ਕੰਬਾਈਨ ਵਾਲਾ 2810 ਰੁਪਏ, ਸਮਾਲੱਖਾ ਮੰਡੀ 1509 ਕੰਬਾਈਨ ਵਾਲਾ 2611 ਰੁਪਏ, ਅੰਮ੍ਰਿਤਸਰ ਸਾਹਿਬ ਮੰਡੀ 1509 ਕੰਬਾਈਨ ਵਾਲਾ 2500 ਰੁਪਏ ਪ੍ਰਤੀ ਕੁਇੰਟਲ, ਬੂੰਦੀ ਮੰਡੀ 1509 ਕੰਬਾਈਨ ਵਾਲਾ 2580 ਰੁਪਏ, ਫਾਜ਼ਿਲਕਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਪ੍ਰਤੀ ਕੁਇੰਟਲ, ਖਨੌਰੀ ਮੰਡੀ 1509 ਕੰਬਾਈਨ ਵਾਲਾ 2775 ਰੁਪਏ, ਗੋਹਾਣਾ ਮੰਡੀ 1509 ਕੰਬਾਈਨ ਵਾਲਾ 2696 ਰੁਪਏ, ਪਾਤੜਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ, ਫਤਿਆਂਬਾਦ ਮੰਡੀ 1509 ਕੰਬਾਈਨ ਵਾਲਾ 2790 ਰੁਪਏ, ਚਾਣਾ ਮੰਡੀ 1509 2725 ਰੁਪਏ, ਤਰਨ ਤਾਰਨ ਮੰਡੀ 1509 ਕੰਬਾਈਨ ਵਾਲਾ 2699 ਰੁਪਏ, ਮਿਲਕ ਮੰਡੀ 1509 ਕੰਬਾਈਨ ਵਾਲਾ 2250 ਰੁਪਏ, ਗਨੌਰ ਮੰਡੀ 1509 ਕੰਬਾਈਨ ਵਾਲਾ 2611 ਰੁਪਏ, ਕਰਨਾਲ ਮੰਡੀ 1509 ਕੰਬਾਈਨ ਵਾਲਾ 2680 ਰੁਪਏ, ਸੋਨੀਪਤ ਮੰਡੀ 1509 ਕੰਬਾਈਨ ਵਾਲਾ 2621 ਰੁਪਏ, ਪਲਵਲ ਮੰਡੀ 1509 ਕੰਬਾਈਨ ਵਾਲਾ 2500 ਰੁਪਏ, ਨਾਭਾ ਮੰਡੀ 1509 ਕੰਬਾਈਨ ਵਾਲਾ 2750 ਰੁਪਏ, ਬਟਾਲਾ ਮੰਡੀ 1509 ਕੰਬਾਈਨ ਵਾਲਾ 2600 ਰੁਪਏ, ਰਾਦੌੜ ਮੰਡੀ 1509 ਕੰਬਾਈਨ ਵਾਲਾ 2745 ਰੁਪਏ, ਸ਼ਾਹਜਹਾਂਪੁਰ 1509 ਕੰਬਾਈਨ ਵਾਲਾ 2400 ਰੁਪਏ, ਪੀ ਆਰ 2617 91 ਰੁਪਏ,
ਪਾਣੀਪਤ ਮੰਡੀ 1500 ਕੰਬਾਈਨ ਵਾਲਾ 2611 ਰੁਪਏ, ਜੰਡਿਆਲਾ ਗੁਰੂ 1500 ਕੰਬਾਈਨ ਵਾਲਾ 2710 ਰੁਪਏ, ਉਸ ਤੋਂ ਬਾਅਦ ਖੁਰਜਾ ਮੰਡੀ 1500 ਕੰਬਾਈਨ ਵਾਲਾ 2500 ਰੁਪਏ, ਹੱਥ ਵਾਲਾ 2611 ਰੁਪਏ, ਕੋਟਾ ਮੰਡੀ 1500 ਕੰਬਾਈਨ ਵਾਲਾ 2600 ਰੁਪਏ, ਸੁਗੰਧਾ ਝੋਨਾ 2400 ਰੁਪਏ, 17-18 3400 ਰੁਪਏ ਪ੍ਰਤੀ ਕੁਇੰਟਲ, ਪੁੰਡਰੀ ਮੰਡੀ 1500 ਕੰਬਾਈਨ ਵਾਲਾ 2718 ਰੁਪਏ, ਸੁਪਰ 52 2718 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ। ਸੋ ਕਿਸਾਨ ਵੀਰੋ, ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੁਸੀਂ ਵੀ ਜੇਕਰ ਮੰਡੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੋਈ ਵੀ ਝੋਨਾ ਵੇਚਿਆ ਤਾਂ ਕਮੈਂਟਾਂ ਦੇ ਵਿੱਚ ਝੋਨੇ ਦਾ ਰੇਟ, ਵਰਾਇਟੀ ਅਤੇ ਆਪਦੇ ਸ਼ਹਿਰ ਦਾ ਨਾਂ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ। ਅਤੇ ਇੱਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਅਤੇ ਫੋਲੋ ਕਰਨਾ ਨਾ ਭੁੱਲਿਓ। ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਹੁਤ ਧੰਨਵਾਦ ਕਿਸਾਨ ਵੀਰੋ, ਤੁਹਾਡਾ ਦਿਨ ਸ਼ੁਭ ਹੋਵੇ।